ਅਕਾਲੀ ਭਾਜਪਾ ਸਰਕਾਰ ਸਮੇਂ ਲੋਕਾਂ ਨੂੰ ਇੱਕ ਛੱਤ ਹੇਠਾਂ ਦਿੱਤੀਆਂ ਜਾਣ ਵਾਲੀਆਂ ਕਈ ਸੁਵਿਧਾਵਾਂ ਲਈ ਬਣਾਏ ਗਏ ਸੁਵਿਧਾ ਕੇਂਦਰ ਕਾਂਗਰਸ ਸਰਕਾਰ ਦੀ ਨਜ਼ਰਅੰਦਾਜ਼ੀ ਦੇ ਚੱਲਦੇ ਹੋਏ ਦੁਬਿਧਾ ਕੇਂਦਰ ਬਣ ਚੁੱਕੇ ਨੇ। ਮੌਜੂਦਾ ਕਾਂਗਰਸ ਸਰਕਾਰ ਵੱਲੋਂ ਬਹੁਤੇ ਸੁਵਿਧਾ ਕੇਂਦਰ ਤਾਂ ਬੰਦ ਹੀ ਕੀਤੇ ਜਾ ਚੁੱਕੇ ਹਨ, ਪਰ ਜੋ ਹਾਲੇ ਚੱਲ ਰਹੇ ਹਨ ਉਹ ਵੀ ਬੁਰੇ ਹਾਲਾਤਾਂ ਵਿੱਚੋਂ ਦੀ ਲੰਘ ਰਹੇ ਹਨ। ਲੁਧਿਆਣਾ ਦੇ ਢੋਲੇਵਾਲ ਚੌਂਕ ਨਜ਼ਦੀਕ ਵਿਸਾਖੀਆਂ ਦੇ ਸਹਾਰੇ ਚੱਲ ਰਹੇ ਸੁਵਿਧਾ ਕੇਂਦਰ ਦੀ ਬਿਜਲੀ ਕਰੀਬ ਇੱਕ ਸਾਲ ਤੋਂ ਬੰਦ ਪਈ ਹੈ। ਬਿਜਲੀ ਦਾ ਬਿੱਲ ਜਮ੍ਹਾਂ ਨਾ ਹੋਣ ਕਰਕੇ ਕਰਮਚਾਰੀਆਂ ਨੂੰ ਵੀ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਪਾਉਂਦਿਆਂ ਇਸ ਸੁਵਿਧਾ ਕੇਂਦਰ ਦੇ ਮੌਜੂਦਾ ਹਾਲਾਤ 'ਤੇ ਇੱਕ ਝਾਤ ਅਤੇ ਸੁਣਦੇ ਹਾਂ ਪੂਰੀ ਕਹਾਣੀ ਉੱਥੋਂ ਦੇ ਹੀ ਇੱਕ ਕਰਮਚਾਰੀ ਬੀਬਾ ਮਨਪ੍ਰੀਤ ਕੌਰ ਦੀ ਜ਼ੁਬਾਨੀ। ਪ੍ਰੀਤ ਕੌਰ ਹੈ ਮੈਡਮ ਜੀ, ਇੱਥੇ ਤੁਸੀਂ ਦੱਸ ਰਹੇ ਹੋ ਕਾਫੀ ਸਮੇਂ ਤੋਂ ਜਿਹੜਾ ਬਿਜਲੀ ਦੀ ਸਪਲਾਈ ਬੰਦ ਹੈ, ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਹਾਂਜੀ ਸਰ, ਇੱਕ ਸਾਲ ਹੋ ਗਿਆ ਇੱਥੇ, ਮੀਟਰ ਕੱਟ ਹੈ ਅਤੇ ਡੀਜ਼ਲ 'ਤੇ ਕੰਮ ਚੱਲਦਾ ਹੈ। ਜਦੋਂ ਡੀਜ਼ਲ ਆ ਜਾਂਦਾ ਉਸ ਸਮੇਂ ਅਸੀਂ ਕੰਮ ਕਰਦੇ ਹਾਂ, ਨਹੀਂ ਬੰਦ ਪਿਆ ਰਹਿੰਦਾ। 4-5 ਤਰੀਕ ਨੂੰ ਆਇਆ ਸੀਗਾ, ਉਹ ਵੀ 5 ਲੀਟਰ ਡੀਜ਼ਲ ਪਵਾਇਆ ਸੀ ਅਸੀਂ, ਬਸ ਜਿੰਨਾ ਕੰਮ ਹੋਇਆ ਅਸੀਂ ਕੀਤਾ, ਬਾਕੀ ਫਿਰ ਬੰਦ ਆ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੀਟਰ ਦੀ ਸਪਲਾਈ ਬੰਦ ਨੂੰ, ਔਰ ਕਿੰਨੇ ਸਮੇਂ ਤੋਂ ਤੁਸੀਂ ਡੀਜ਼ਲ ਤੇ ਜਿਹੜਾ ਕੰਮ ਕਰ ਰਹੇ ਹੋ? ਤਕਰੀਬਨ ਸਾਰੇ 1 ਸਾਲ ਹੋ ਗਿਆ ਆ ਮੀਟਰ ਕੱਟੇ ਨੂੰ, ਬਿਜਲੀ ਦਾ ਬਿੱਲ ਨਾ ਪੇ ਹੋਣ ਕਰਕੇ ਮੀਟਰ ਕੱਟਿਆ ਗਿਆ ਸਰ ਸਾਡਾ। ਹੁਣ ਸਾਰਾ ਜਨਰੇਟਰ ਤੇ ਹੀ ਕੰਮ, ਜਨਰੇਟਰ ਤੇ ਹੀ ਕੰਮ ਚੱਲਦਾ ਸਰ। ਕਿੰਨੇ ਦਿਨ ਜਨਰੇਟਰ, 1 ਮਹੀਨੇ ਦੇ ਵਿੱਚ ਕਿੰਨੇ ਦਿਨ ਕਰਦੇ ਹੋ? 1 ਮਹੀਨੇ ਦੇ ਵਿੱਚ ਕੀ ਸਰ, 5 ਲੀਟਰ ਡੀਜ਼ਲ ਪਵਾਇਆ ਸੀ ਅਸੀਂ ਇੱਕ ਦਿਨ, 4 ਤਰੀਕ ਨੂੰ, ਉਸੇ ਦਿਨ ਖਤਮ ਹੋ ਗਿਆ ਆ। 5 ਲੀਟਰ ਬਿਜਲੀ ਕਿੰਨੇ ਦਿਨ ਚੱਲੇ ਹੋਣਾ? ਸਿਰਫ ਤਕਰੀਬਨ 2-3 ਘੰਟੇ ਚੱਲਿਆ ਬਸ। 2-3 ਘੰਟੇ ਹੀ? ਫਿਰ ਜੇਕਰ ਗੱਲ ਕੀਤੀ ਜਾਵੇ, ਤੁਸੀਂ ਆਉਂਦੇ ਹੋ ਫ੍ਰੀ ਬੈਠ ਕੇ ਚਲੇ? ਫ੍ਰੀ ਬੈਠ ਕੇ ਚਲੇ ਜਾਂਦੇ ਆ ਸਰ। ਸਰਕਾਰ ਕੋ ਕੀ ਉਮੀਦ ਸੀ ਤੁਹਾਨੂੰ? ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ, ਲੋਕਾਂ ਦੀਆਂ ਵੀ ਬਹੁਤ ਉਮੀਦਾਂ ਜੁੜੀਆਂ ਹੋਈਆਂ ਸੀ। ਸਾਡੇ ਇੱਥੇ ਕੰਮ ਹੋਣਗੇ, ਨਾਮ ਸੁਵਿਧਾ ਸੈਂਟਰ ਰੱਖਿਆ, ਲੋਕ ਸਾਨੂੰ ਕਹਿੰਦੇ ਦੁਬਿਧਾ ਸੈਂਟਰ ਹੈ, ਸੁਵਿਧਾ ਸੈਂਟਰ ਨਹੀਂ ਹੈ। ਲੋਕ ਨਿਰਾਸ਼ ਹੋ ਕੇ ਸਰ ਇੱਥੋਂ ਜਾਂਦੇ ਨੇ। ਅਸੀਂ ਚਾਹੁੰਦੇ ਹਾਂ ਵੀ ਸਰਕਾਰ ਚਾਹੇ ਤਾਂ ਸੁਵਿਧਾ ਸੈਂਟਰਾਂ ਨੂੰ ਸੁਧਾਰ ਕਰ ਸਕਦੀ ਹੈ, ਮੀਟਰ ਲਗਵਾਵੇ, ਕੰਮ ਹੋਵੇ ਸਾਡੇ ਕੋਲ, ਪਰ ਸਰਕਾਰ ਕੁਝ ਸੋਚ ਨਹੀਂ ਰਹੀ ਸਰ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਆਉਂਦੇ ਹੋ ਫ੍ਰੀ ਬੈਠ ਕੇ ਚਲੇ ਜਾਂਦੇ ਹੋ, ਲੇਕਿਨ ਸੈਲਰੀ ਤੁਹਾਨੂੰ ਮਿਲਦੀ ਹੈ? ਸੈਲਰੀ ਟਾਈਮ ਤੇ ਮਿਲ ਰਹੀ ਹੈ ਸਰ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ SS ਪਨੇਸਰ ਦੇ ਨਾਲ, ਫੌਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।